ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਮਿਹਰਬਾਨੀ ਮੈਮ, ਤੁਹਾਡਾ ਬਹੁਤ ਚਿਰ ਤੋਂ ਇੰਤਜ਼ਾਰ ਕਰ ਰਹੇ ਨੇ ਸਾਰੇ। ਬਿਲਕੁਲ ਜੀ, ਸੀਜੀਸੀ ਵਾਲੇ ਹੁਣ ਨਾ ਹੋਰ ਪਤਲੇ ਹੋ ਗਏ ਨੇ ਇੱਥੇ ਖੜੇ ਖੜੇ ਗਏ ਤੁਹਾਡੇ ਇੰਤਜ਼ਾਰ 'ਚ। ਸੋ ਥੈਂਕ ਯੂ ਸੋ ਮੱਚ ਅੱਜ ਇੱਥੇ ਆਉਣ ਦੇ ਲਈ। ਸੋ ਪਹਿਲਾਂ ਬਹੁਤ ਬਹੁਤ ਮੁਬਾਰਕਾਂ, ਤੁਹਾਡੀ ਇੰਨੀ ਸੋਹਣੀ ਮੂਵੀ ਆ ਰਹੀ ਹੈ, ਕੀ ਕਹਿਣਾ ਚਾਹੋ? ਸਤਿ ਸ਼੍ਰੀ ਅਕਾਲ ਐਂਡ ਸੋਰੀ ਅਸੀਂ ਲੇਟ ਹੋ ਗਏ। ਮੈਂ ਵੀ ਥੋੜ੍ਹਾ ਸਰਪ੍ਰਾਈਜ਼ ਸੀ ਕਿ ਤੁਸੀਂ ਹਜੇ ਵੀ ਇੱਥੇ ਟਿਕੇ ਰਹੇ ਹੋਵੋਗੇ, ਬਟ ਥੈਂਕ ਯੂ ਸੋ ਮੱਚ, ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ। ਐਂਡ ਆਪਣੀ ਫਿਲਮ ਸ਼ਾਇਰ ਆ ਰਹੀ ਹੈ, ਤੁਹਾਡੇ ਨਾਲ ਟ੍ਰੇਲਰ ਸ਼ੇਅਰ ਕਰਾਂਗੇ, ਉਮੀਦ ਆ ਤੁਹਾਨੂੰ ਪਸੰਦ ਆਊਗਾ। ਥੈਂਕ ਯੂ ਸੋ ਮੱਚ ਐਨਾ ਲਓ ਜੀ ਸਰਦਾਰ ਜੀ। ਸੋ ਡਾਕਟਰ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ ਸ਼ਾਇਰ ਵਾਸਤੇ? ਅਸੀਂ ਬਸ ਇਹੀ ਕਹਿਣਾ ਚਾਹੁੰਦੇ ਹਾਂ ਇਹ ਬੈਟਰ ਲੱਗ ਰਿਹਾ ਮੈਨੂੰ। ਅਸੀਂ ਜਦੋਂ ਵੀ ਇਸ ਕੈਂਪਸ ਆਉਂਦੇ ਹਾਂ, ਪਰਫੋਰਮ ਕਰਨ ਦਾ ਵੀ ਮੌਕਾ ਮਿਲਿਆ, ਕਿਉਂਕਿ ਸਤਨਾਮ ਸਿੰਘ ਹੁਣੀ ਮੇਰੇ ਬੜੇ ਅਜ਼ੀਜ਼ ਦੋਸਤ ਨੇ, ਔਰ ਇਹ ਜਿਹੜੇ ਭਰਵੇਂ ਹੁੰਗਾਰੇ ਨੇ ਇਹ ਸਾਨੂੰ ਫਨਕਾਰਾਂ ਨੂੰ ਹੋਰ ਐਨਰਜੀ ਦਿੰਦੇ ਨੇ, ਕੰਮ ਕਰਨ ਦੇ ਲਈ ਮੋਟੀਵੇਟ ਕਰਦੇ ਆ। ਇਹ ਮੈਂ ਬਸ ਕਹਿਣਾ ਚਾਹੁੰਦਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਮੈਂ 4 ਫਿਲਮਸ ਕੀਤੀਆਂ ਨੇ, ਦ ਬਲੈਕ ਪ੍ਰਿੰਸ, ਇੱਕੋ ਮਿੱਕ, ਕਲੀਜੋਟਾ ਐਂਡ ਸ਼ਾਇਰ, ਅਤੇ ਮੈਨੂੰ ਲੱਗਦਾ ਕਿ ਮੇਰੇ ਲਈ ਮੋਸਟ ਬਿਫਿਟਿੰਗ ਕੈਰੈਕਟਰ ਸੀਗਾ, ਇੱਕ ਜ਼ੋਰ ਦਾ ਤਾੜੀ ਮਾਰ ਦਿਓ ਸ਼ਾਇਰ ਦੇ ਨਾਮ ਦੀ। ਮੇਰੇ ਦਿਲ ਦੇ ਸਭ ਤੋਂ ਨਜ਼ਦੀਕ ਹੈ ਫਿਲਮ, ਔਰ ਅਸੀਂ ਉਹਦਾ ਫਸਟ ਕੱਟ ਦੇਖ ਚੁੱਕੇ ਹਾਂ, ਅਤੇ ਜਿਸ ਦਿਨ ਵੈਸੇ ਮੈਂ ਜਨਰਲੀ ਕਦੀ ਦੇਖਿਆ ਨਹੀਂ, ਅੱਜ ਤੱਕ ਤਿੰਨਾਂ ਫਿਲਮਾਂ ਦਾ ਕਿਸੇ ਦਾ ਨਹੀਂ ਸੀ ਦੇਖਿਆ, ਇਸ ਵਾਰੀ ਮੈਂ ਜਿਗਰਾ ਕਰਕੇ ਦੇਖ ਲਿਆ ਅਤੇ ਹੁਣ ਮੈਨੂੰ ਥੋੜ੍ਹਾ ਕੌਨਫੀਡੈਂਸ ਜ਼ਿਆਦਾ ਹੋ ਗਿਆ ਹੋਇਆ। ਇਸ ਕਰਕੇ ਮੈਨੂੰ ਲੱਗਦਾ ਕਿ ਇਹ ਕਲਟ ਫਿਲਮ ਹੋਏਗੀ ਸਾਡੀ ਇੰਡਸਟਰੀ ਦੀ। ਮੈਂ ਤੁਹਾਨੂੰ ਸਾਰਿਆਂ ਨੂੰ ਤਾਕੀਦ ਕਰਦਾ ਕਿ ਤੁਸੀਂ ਸਿਨੇਮਾ ਗੋਇੰਗ ਹੋਵੋਗੇ ਸਾਰੇ, ਪੜ੍ਹਾਈ ਖਰਾਬ ਨਹੀਂ ਕਰਨੀ ਓਬਵੀਅਸਲੀ, ਪਰ ਇੱਕ ਦਿਨ ਕੱਟ ਕੇ 19 ਅਪ੍ਰੈਲ ਤੋਂ ਬਾਅਦ ਜਦੋਂ ਵੀ ਤੁਹਾਡਾ ਦਿਲ ਕਰੇ ਜਾਂ ਟਾਈਮ ਲੱਗੇ ਜ਼ਰੂਰ ਜਾਇਓ, ਔਰ ਅਸੀਂ ਇਹੋ ਜਿਹੀਆਂ ਫਿਲਮਾਂ ਹੋਰ ਬਣਾਉਂਦੇ ਰਹਾਂਗੇ। ਭਾਜੀ, ਕਲੀਜੋਟਾ ਫਿਲਮ ਆਈ ਸੀ, ਸੁਪਰ ਹਿੱਟ ਹੋਈ, ਸਾਰਿਆਂ ਨੇ ਦੇਖੀ ਕਲੀਜੋਟਾ, ਦੇਖੀ ਨਾ ਸਾਰਿਆਂ ਨੇ? ਯੈਸ। ਹੁਣ ਸ਼ਾਇਰ ਆ ਰਹੀ ਹੈ ਵੀ ਸਾਰਿਆਂ ਨੇ ਦੇਖਣੀ ਹੈ, ਕਲੀਜੋਟਾ ਤੇ ਸ਼ਾਇਰ ਦੇ ਵਿੱਚ ਕੀ ਫਰਕ ਹੈ? ਕਲੀਜੋਟਾ ਜਿਹੜੀ ਇੱਕ ਬਹੁਤ ਇੰਟੈਂਸ ਫਿਲਮ ਸੀਗੀ, ਜਨਰਲੀ ਸਾਰਿਆਂ ਲੋਕਾਂ ਨੂੰ ਜਿਹੜੇ ਡਿਸਟ੍ਰੀਬਿਊਸ਼ਨ ਸੀਗੇ ਸਾਰੇ ਸੀਗੇ, ਜਦੋਂ ਉਹਨੇ ਦੇਖਿਆ ਸੀਗਾ ਉਹਨਾਂ ਨੂੰ ਲੱਗਦਾ ਕਿ ਯਾਰ ਕਿ ਬਹੁਤ ਸੀਰੀਅਸ ਸਿਨੇਮਾ ਹੈ ਇਹ, ਕੌਣ ਦੇਖੂਗਾ ਪੰਜਾਬ, ਇਹ ਪਰਸੈਪਸ਼ਨ ਸੀ ਉਹਦੀ ਮੇਕਿੰਗ ਤੋਂ ਪਹਿਲਾਂ। ਪਰ ਮੈਂ ਓਬਵੀਅਸਲੀ ਸਕਰੀਨਿੰਗ 'ਤੇ ਹੀ ਦੇਖੀ ਸੀ, ਅਤੇ ਮੈਨੂੰ ਲੱਗਿਆ ਸੀਗਾ ਕਿ ਇਹ ਮਾਸ ਦੀ ਫਿਲਮ ਹੈ, ਇਹ ਦੁਨੀਆ ਦੀ ਫਿਲਮ ਹੈ, ਇਹ ਇਮੋਸ਼ਨ ਦੀ ਫਿਲਮ ਹੈ, ਔਰ ਮੈਂ ਹੁਣੇ ਜਿੰਨੀ ਪਰਫਾਉਂਡਲੀ ਪਰਫੋਰਮ ਕੀਤਾ ਉਹਦੇ ਵਿੱਚ, ਮੈਨੂੰ ਲੱਗਦਾ ਕਿ ਸਾਡੀ ਇੰਡਸਟਰੀ ਦੇ ਵਨ ਆਫ ਦੀ ਫਾਈਨੈਸਟ ਐਕਟਰ ਨੇ। ਮੈਂ ਬਹੁਤ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਇਸ ਫਿਲਮ ਦੀ ਵੀ ਇਹਨਾਂ ਨੇ ਪ੍ਰੋਡਿਊਸ ਕੀਤੀ ਇਹਨਾਂ ਨੇ, ਔਰ ਮੇਰੇ ਵਰਗੇ ਬੰਦੇ ਜਿਹੜੇ ਕਿ ਨੌਨ ਐਕਟਰ ਆ, ਬਟ ਫਿਰ ਵੀ ਇਹਨਾਂ ਨੇ ਮੇਰੇ 'ਤੇ ਯਕੀਨ ਕਰਕੇ ਇਹ ਸ਼ਾਇਰ ਫਿਲਮ ਬਣਾਈ ਹੈ, ਅਤੇ ਮੇਰੇ 'ਤੇ ਹੁਣ ਮੋਟਿਆਂ 'ਤੇ ਥੋੜ੍ਹਾ ਵਜ਼ਨ ਹੈ, ਥੋੜ੍ਹਾ ਜਿਹਾ ਤੁਸੀਂ ਵੀ ਸਹਾਰਾ ਦੇ ਦਿਓ। ਅੱਛਾ ਨੀਰੂ ਮੈਮ, ਭਾਅ ਜੀ ਨੇ ਕਿਹਾ ਨਾ ਕਿ ਮਤਲਬ ਪਿਛਲੀ ਫਿਲਮ ਇੰਟੈਂਸ ਫਿਲਮ ਸੀ, ਸੋ ਨੀਰੂ ਬਾਜਵਾ ਮੈਡਮ ਵਰਗੇ ਸੋਹਣੇ, ਸਭ ਤੋਂ ਸੋਹਣੇ ਦੁਨੀਆ ਤੋਂ ਜਦੋਂ ਕੁੜੀ ਜਿਹੜੀ ਸਾਹਮਣੇ ਹੋਏ, ਇੰਟੈਂਸ ਹੋਣਾ ਕਿੰਨਾ ਔਖਾ ਹੁੰਦਾ ਅਗਲੇ ਬੰਦੇ ਵਾਸਤੇ ਕਿ ਸੌਖਾ ਹੁੰਦਾ? ਮੈਂ ਕਿਵੇਂ ਜਵਾਬ ਦੇ ਸਕਦੀ ਹਾਂ, ਆਈ ਡੋਂਟ ਨੋ, ਤੁਸੀਂ ਕਹਿ ਦਿਓ, ਮੇਰੇ ਵੱਲੋਂ ਜਵਾਬ ਹੀ ਹੈ। ਸੋ ਬਿਲਕੁਲ ਜੀ, ਜਦੋਂ ਤੁਹਾਡੀ ਕਲੀਜੋਟਾ ਆਈ ਸੀ, ਵਾਕਈ ਰੌਂਗਟੇ ਖੜੇ ਹੋ ਗਏ ਸੀ। ਸੋ ਪੰਜਾਬੀ ਫਿਲਮ ਇੰਡਸਟਰੀ ਇੱਦਾਂ ਦੀ ਹੈ ਨਾ ਕਿ ਥੋੜ੍ਹਾ ਜਿਹਾ ਚੇਂਜ ਆਉਂਦਾ, ਜਿਵੇਂ ਤੁਸੀਂ ਕਿਹਾ ਕਿ ਲੱਗਦਾ ਕਿ ਆਡੀਅੰਸ ਸ਼ਾਇਦ ਨਹੀਂ ਐਕਸੈਪਟ ਕਰ ਪਾਏਗੀ, ਹੈ ਨਾ, ਪਰ ਕਲੀਜੋਟਾ ਕੀਤੀ, ਹੈ ਨਾ। ਸੋ ਇਹ ਹੁਣ ਜਿਹੜੀ ਨਵੀਂ ਮੂਵੀ ਆ ਰਹੀ ਹੈ ਸ਼ਾਇਰ, ਇਹਦੇ ਵਿੱਚ ਕੀ ਵੱਖਰਾ ਦੇਖਣ ਨੂੰ ਮਿਲੇਗਾ? ਮੈਨੂੰ ਲੱਗਦਾ ਕਿ ਆਡੀਅੰਸ ਹਮੇਸ਼ਾ ਇੱਕ ਚੰਗੀ ਫਿਲਮ ਨੂੰ ਐਕਸੈਪਟ ਕਰਦੀ ਹੈ, ਉਹਨੂੰ ਸਪੋਰਟ ਕਰਦੀ ਹੈ। ਸੋ
ਅਲੱਗ ਕੀ ਆ ਉਹ ਤੁਸੀਂ ਫਿਲਮਸ ਦੇਖੋਗੇ, ਮੈਂ ਓਨੈਸਟਲੀ ਤੁਹਾਨੂੰ ਨਹੀਂ ਦੱਸ ਸਕਦੀ ਕੀ ਅਲੱਗ ਹੈ, ਤੁਸੀਂ ਟ੍ਰੇਲਰ ਦੇਖੋਗੇ, ਬਟ ਮੈਂ ਆਹ ਤੁਹਾਨੂੰ ਦੱਸ ਸਕਦੀ ਹਾਂ ਕਿ ਬਹੁਤ ਵਧੀਆ ਫਿਲਮ ਬਣੀ ਹੈ, ਇਟਸ ਅ ਗ੍ਰੇਟ ਫਿਲਮ ਅਤੇ ਜ਼ਰੂਰ ਚੱਲੋ, ਥੈਂਕ ਯੂ। ਸੋ ਨੀਰੂ ਮੈਮ ਨੇ ਬੋਲਤਾ, ਹੁਣ ਸਾਰੇ ਮੁੰਡਿਆਂ ਨੇ ਫਿਲਮ 10-10 ਵਾਰੀ ਵੇਖਣੀ, ਦੇਖਿਓ। ਸੋ ਜ਼ੋਰਦਾਰ ਤਾਲੀਆਂ ਡਾਕਟਰ ਸਤਿੰਦਰ ਸਰਤਾਜ ਐਂਡ ਨੀਰੂ ਬਾਜਵਾ ਜੀ ਦੇ ਲਈ। ਅਸੀਂ ਹੁਣ ਫਿਲਮ ਦਾ ਟ੍ਰੇਲਰ ਦੇਖਾਂਗੇ ਸਾਰੇ, ਟ੍ਰੇਲਰ ਲਾਂਚ ਇੱਥੇ ਹੀ ਹੋਏਗਾ। ਬਿਲਕੁਲ ਜੀ, ਟ੍ਰੇਲਰ ਲਾਂਚ ਹੋਣ ਜਾ ਰਿਹਾ ਹੈ ਸ਼ਾਇਰ ਮੂਵੀ ਦਾ, ਤੁਹਾਡੀ ਇਸ ਸਟੇਜ ਤੇ, ਸੀਜੀਸੀ ਦੀ ਸਟੇਜ ਤੇ। ਸੋ ਤਾੜੀਆਂ ਮਾਰ ਦਿਓ। ਹਾਂਜੀ ਆਓ ਜੀ। ਸੋ ਟ੍ਰੇਲਰ ਦੇਖਦੇ ਹਾਂ, ਉਸ ਤੋਂ ਬਾਅਦ ਗੱਲਬਾਤ ਕਰਦੇ ਹਾਂ। ਪੰਜਾਬੀ ਫਿਲਮ ਇੰਡਸਟਰੀ ਦਾ ਨਵਾਂ ਮੀਲ ਪੱਥਰ ਹੋਏਗੀ, ਸੋ ਜ਼ੋਰਦਾਰ ਤਾਲੀਆਂ। ਬਿਲਕੁਲ। ਅੱਛਾ ਸਰਕਾਰ ਜੀ, ਜਿਵੇਂ ਕਿ ਇਹਦੇ ਵਿੱਚ ਵੀ ਸਟੋਰੀ ਇੱਕ ਸ਼ਾਇਰ ਦੀ ਹੈ, ਤੇ ਤੁਸੀਂ ਰੀਅਲ ਲਾਈਫ 'ਚ ਵੀ ਸ਼ਾਇਰ ਹੋ, ਫਿਰ ਈਜ਼ੀ ਰਿਹਾ ਇਹ ਰੋਲ ਕਰਨਾ? ਹਾਂ ਜੀ, ਮੈਨੂੰ ਲੱਗਦਾ ਪਹਿਲੀਆਂ ਫਿਲਮਾਂ ਨਾਲੋਂ ਤਾਂ ਈਜ਼ੀ ਸੀਗਾ, ਕਿਉਂਕਿ ਜਿਹੋ ਜਿਹੇ ਤੁਸੀਂ ਹੁੰਦੇ ਆ, ਜਿਹੋ ਜਿਹਾ ਕੈਰੈਕਟਰ ਮਿਲ ਜਾਵੇ ਤੇ ਕੁਝ ਐਕਟ ਨਹੀਂ ਕਰਨਾ ਪੈਂਦਾ, ਨੈਚੁਰਲ ਰਹਿ ਜਾਂਦਾ। ਜਿਵੇਂ ਇਹਦੇ ਵਿੱਚ ਡਾਇਲੋਗ ਸੀਗਾ ਕਿ ਦਿਲ ਟੁੱਟਿਆ ਹੋਣਾ ਜ਼ਰੂਰੀ ਹੈ, ਸੋ ਇਹ ਕਿਹਾ ਵੀ ਜਾਂਦਾ ਹੈ ਕਿ ਜਿਹੜੇ ਸ਼ਾਇਰ ਨੇ ਜਾਂ ਤੁਹਾਡੇ ਵਰਗੇ ਸਿੰਗਰ ਨੇ, ਤੁਸੀਂ ਵਾਕੇ ਬਾ ਕਮਾਲ ਗਾਣੇ ਦਿੱਤੇ ਨੇ, ਵਾਕੇ ਪਿਆਰ ਦੀ ਇੱਕ ਡੂੰਘਾਈ ਨਜ਼ਰ ਆਉਂਦੀ ਹੈ ਤੁਹਾਡੇ ਗਾਣਿਆਂ ਦੇ ਵਿੱਚ। ਸੋ ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗੀ ਕਿ ਵਾਕੇ ਤੁਸੀਂ ਵੀ ਇੰਨਾ ਗੂੜਾ ਪਿਆਰ ਕੀਤਾ ਹੈ ਜੋ ਤੁਹਾਡੇ ਗਾਣਿਆਂ 'ਚੋਂ ਦਿਖਦਾ ਹੈ? ਓਬਵੀਅਸਲੀ ਮੁਹੱਬਤ ਤੋਂ ਬਿਨਾਂ ਸ਼ਾਇਰ ਨਹੀਂ ਹੋ ਸਕਦੇ, ਪਰ ਦਿਲ ਟੁੱਟਣਾ ਮੇਰੇ ਖਿਆਲ 'ਚ ਜ਼ਰੂਰੀ ਨਹੀਂ ਹੁੰਦਾ, ਜਾਂ ਹੱਡ ਬੀਤੀ ਹੋਣੀ ਚਾਹੀਦੀ ਹੈ ਜਾਂ ਜੱਗ ਬੀਤੀ ਹੋਣੀ ਚਾਹੀਦੀ ਹੈ। ਜਿਹੜੇ ਲੋਕ ਕਿਸੇ ਦਾ ਦਰਦ ਓਨੀ ਹੀ ਸ਼ਿੱਦਤ ਨਾਲ ਮਹਿਸੂਸ ਕਰ ਸਕਦੇ ਆ, ਮੈਨੂੰ ਲੱਗਦਾ ਉਹ ਜ਼ਿਆਦਾ ਪ੍ਰੋਫਾਉਂਡ ਸ਼ਾਇਰ ਬਣਦੇ। ਬਿਲਕੁਲ ਜੀ ਬਿਲਕੁਲ। ਸੋ ਸਾਰਿਆਂ ਨੇ ਦੇਖਣ ਜਾਣੀ ਹੈ ਇਹ ਮੂਵੀ। ਸੋ ਮੈਮ, ਤੁਹਾਡੇ ਕੋਲੋਂ ਮੈਂ ਪੁੱਛਣਾ ਚਾਹਾਂਗੀ ਤੁਹਾਡੀ ਖੂਬਸੂਰਤੀ ਦਾ ਰਾਜ, ਇੰਨੇ ਸਾਲਾਂ ਤੋਂ ਤੁਸੀਂ ਉੱਦਾਂ ਦੇ ਉੱਦਾਂ ਹੀ ਹੋ। ਤੁਹਾਡੇ ਪਿਆਰ ਕਰਕੇ ਆ ਜੀ, ਥੈਂਕ ਯੂ ਸੋ ਮਚ। ਮੈਨੂੰ ਇੱਦਾਂ ਹੀ ਪਿਆਰ ਕਰਦੇ ਰਹੋ ਐਂਡ ਮੈਂ 20 ਸਾਲ ਹੋਰ ਤੁਹਾਡੇ ਲਈ ਫਿਲਮਾਂ ਬਣਾਉਂਦੀ ਰਹਾਂਗੀ, ਥੈਂਕ ਯੂ ਸੋ ਮਚ। ਸੋ ਬਿਲਕੁਲ ਜੀ। ਸੋ ਹੁਣ ਸਰਤਾਜ ਜੀ ਤੇ ਨੀਰੂ ਬਾਜਵਾ ਜੀ ਸਾਡੇ ਨਾਲ ਹੋਣ ਤੇ ਪਰਫਾਰਮੈਂਸ ਨਾ ਹੋਵੇ ਤੇ ਇਹ ਕਿੱਦਾਂ ਹੋ ਸਕਦਾ? ਡੈਫੀਨਿਟਲੀ, ਉਤਲੋ ਫਿਲਮ ਫਿਲਮ ਦਾ ਨਾਮ ਹੀ ਸ਼ਾਇਰ ਆ, ਤੇ ਜੇ ਸਰਤਾਜ ਭਾਈ ਦੀ ਸ਼ਾਇਰੀ ਨਾ ਹੋਵੇ ਤੇ ਫਿਰ ਉਹ ਗੱਲ ਨਾ। ਬਿਲਕੁਲ ਜੀ। ਔਰ ਸਾਡੇ ਸਕੂਲ ਦੇ ਬੱਚੇ, ਕਾਲਜ ਦੇ ਬੱਚੇ ਬਹੁਤ ਟਾਈਮ ਤੋਂ ਵੇਟ ਕਰ ਰਹੇ ਨੇ, ਉਹਨਾਂ ਲਈ ਕੁਝ ਤਾਂ ਬਣਦਾ ਹੈ, ਕੁਝ ਹੋ ਜਾਏ। ਖੁਸ਼ਬੋ ਅੱਜ ਮਿਲ ਕੇ ਫੁੱਲ ਤੇ ਖੁਸ਼ਬੋ ਅੱਜ ਮਿਲ ਕੇ ਮਹਿਫਲ ਕਰਵਾਉਣ ਲੱਗੇ ਨੇ, ਧਰਤੀ ਤੋਂ ਲਈ ਇਜਾਜ਼ਤ ਸੁਪਨੇ ਰੰਗਵਾਉਣ ਲੱਗੇ ਨੇ। ਬੱਦਲਾਂ ਨੇ ਬੰਦੋਬਸਤ ਵੀ ਕੀਤੇ ਨੇ ਉਮਦਾ ਸਾਰੇ, ਧੁੱਪ ਹੋਰੀ ਲਾਉਣ ਕਨਾਤਾਂ ਮੌਸਮ ਜੀ ਗਾਉਣ ਲੱਗੇ ਨੇ। ਫੁੱਲ ਦੀ ਖੁਸ਼ਬੂ ਅੱਜ ਮਿਲ ਕੇ ਮਹਿਫਲ ਕਰਵਾਉਣ ਲੱਗੇ ਨੇ, ਧਰਤੀ ਤੋਂ ਸੁਪਨੇ ਰੰਗਵਾਉਣ ਲੱਗੇ ਨੇ। ਬੱਦਲਾਂ ਨੇ ਬੰਦੋਬਸਤ ਵੀ ਕੀਤੇ ਨੇ ਉਮਦਾ ਸਾਰੇ, ਧੁੱਪ ਹੋਰੀ ਲਾਉਣ ਕਨਾਤਾਂ ਮੌਸਮ
ਸਰਤਾਜ ਹੋਰੀ ਵੀ ਸੁਣਿਓ ਸਰਤਾਜ ਹੋਰੀ ਵੀ ਹੁਣ ਕੁਛ ਫਰਮਾਉਣ ਲੱਗੇ ਨੇ ਧਰਤੀ ਤੋਂ ਲਈ ਇਜਾਜ਼ਤ ਸੁਪਨੇ ਲੱਗੇ ਖੁਸ਼ਬੂ ਅੱਜ ਮਿਲ ਕੇ ਮਹਿਫਲ ਕਰਵਾਉਣ ਲੱਗੇ ਨੇ ਧਰਤੀ ਤੋਂ ਲਈ ਇਜਾਜ਼ਤ ਸੁਪਨੇ ਲੱਗੇ ਲੱਗੇ ਤੇ ਖੁਸ਼ਬੂ ਅੱਜ ਮਹਿਫਲ ਕਰਵਾਉਣ ਸੋ ਵੈਰੀ ਮਚ 19th of April ਨੂੰ ਸਾਡੀ ਫਿਲਮ ਆ ਰਹੀ ਹੈ ਸ਼ਾਇਦ ਜ਼ਰੂਰ ਇੱਕ ਵਾਰੀ ਦੇਖਣਾ ਜੀ ਚੜ੍ਹਦੀ ਕਲਾ ਰੱਬ ਰੱਖਾ ਸਤਿ ਸ੍ਰੀ ਅਕਾਲ ਇੱਕ ਮਿੰਟ ਭਾਜੀ ਇੱਕ ਮਿੰਟ ਜੀ ਇੱਕ ਮਿੰਟ ਮਾੜਾ ਜੀ